ਮਾਨ ਸਾਹਿਬ ਦਾ ਕਿਸੇ ਨਾਲ ਮੁਕਾਬਲਾ ਨਹੀਂ, ਮਾਨ ਸਾਹਿਬ ਜਿੱਤ ਚੁੱਕੇ ਨੇ ਲੋਕਾਂ ਤੋਂ, ਪੁੱਛੋ ਸਾਰਿਆਂ ਤੋਂ ਵੀ ਲੋ ਅੱਜ ਦੀ ਜਿਹੜੀ ਨੌਜਵਾਨੀ ਉਹ ਚਾਹੁੰਦੀ ਹੈ ਕਿ ਸਰਦਾਰ ਮਾਨ ਆ ਕੇ ਕੌਮ ਦੀ ਅਗਵਾਈ ਕਰ ਰਹੇ ਨੇ, ਉਹ ਸਭ ਤੋਂ ਵਧੀਆ ਨੇ ਕਿ ਉਹਨਾਂ ਨੇ ਲੋਕਾਂ ਨੇ ਕਬੂਲ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰੀ ਲੋਕਾਂ ਦੀ ਅਗਵਾਈ ਕਰ ਸਕਦਾ। ਤੁਸੀਂ ਇਹ ਦੇਖ ਲਓ ਜੀ, ਆਹ ਜਿਹੜਾ ਕਾਫਲਾ ਆਪ ਮੁਹਾਰਾ ਹੋਇਆ ਹੋਇਆ, ਕਿਸੇ ਨੂੰ ਤੇਲ ਨਹੀਂ, ਕਿਸੇ ਨੂੰ ਕੋਈ ਕਿਰਾਇਆ ਨਹੀਂ, ਆਪ ਮੁਹਾਰੇ ਲੋਕ ਆਏ ਨੇ। ਉਹ ਕਹਿੰਦੇ ਮਾਨ ਸਾਹਿਬ ਨੂੰ ਅਸੀਂ ਜਿੱਤਣਾ ਚਾਹੁੰਦੇ ਹਾਂ ਵੀ ਜਿੱਤ ਕੇ ਪਾਰਲੀਮੈਂਟ 'ਚ ਜਾਵੇ, ਅਤੇ ਸਾਡੇ ਜਿਹੜੇ ਹੌਂਸਲੇ ਨੇ ਬੁਲੰਦ ਨੇ ਇਸ ਵਾਰ। ਜਿਵੇਂ ਹੀ ਦੇਖੋ ਆਪਣੇ ਬਾਪੂ ਮਾਨ ਸਿੰਘ ਜੀ ਨੇ, ਇਹਨਾਂ ਨੂੰ ਵੀ ਬਹੁਤ ਟਾਈਮ ਪਹਿਲਾਂ ਪੁਲਿਸ ਅਫਸਰ ਸੀਗੇ, ਬੈਠ ਤੇ ਵੀ ਸਕਦੇ ਸੀਗੇ, ਪਰ ਇਹਨਾਂ ਨੇ ਕੌਮ ਦੇ ਪ੍ਰਤੀ ਇਹਨਾਂ ਦਾ ਹਮਦਰਦ ਸੀਗਾ, ਇਹ ਆਏ ਤਾਂ ਸਾਡੇ ਵਰਗੇ ਦਾ ਨੌਜਵਾਨ ਨੇਗੇ, ਇਹ ਤਾਂ ਓਬਵੀਅਸ ਆ ਵੀ ਅਸੀਂ ਮੂਹਰੇ ਆ ਸਕਦੇ। 80 ਸਾਲ ਦੇ ਹੋ ਕੇ ਵੀ ਦੇਖ ਲਓ ਤੁਸੀਂ ਧੁੱਪਾਂ ਦੇ ਵਿੱਚ, ਅੱਜ ਤੀਜਾ ਦਿਨ ਆ ਮੈਨੂੰ, ਤੀਜਾ ਦਿਨ ਇਹਨਾਂ ਨਾਲ, ਅਤੇ ਰੋਜ਼ ਸਵੇਰੇ ਨਿਕਲਦੇ ਨੇ, ਕੋਈ ਧੁੱਪ ਕੋਈ ਛਾਂ ਕੋਈ ਠੰਡੀ ਲੋ ਵਗਦੀ ਹੈ ਕੋਈ ਗਰਮ ਲੋ ਵਗਦੀ ਹੈ ਕੋਈ ਪਰਵਾਹ ਨਹੀਂ? ਨਹੀਂ ਕੋਈ ਪਰਵਾਹ ਨਹੀਂ ਕਰਦੇ। ਦੇਖੋ ਸਾਡੇ ਨਾਲ ਪਿੰਡੋਂ ਅਸੀਂ ਅੰਕਲ ਜੀ ਨਾਲ ਆਏਗੇ, ਅਸੀਂ ਸਾਰੇ ਪਿੰਡੋਂ ਤੁਰ ਕੇ ਇਕੱਠੇ ਕਾਫਲਾ ਲੈ ਕੇ ਆਵਾਂਗੇ, ਤਾਂ ਸਾਡੇ ਨਾਲ ਦੇ ਬੰਦੇ ਹੋਰ ਪਿੱਛੇ ਆ ਰਹੇ ਨੇ, ਸਾਡਾ ਕਾਫਲਾ ਬਹੁਤ ਲੰਬਾ ਬਣਨਾ ਹੈ, ਤਾਂ ਝਾੜੂ ਹੋ ਗਏ ਸਭ ਦੇਖੀ ਚੱਲੋ, ਖੂੰਜੇ ਲਾ ਦੇਣ ਡੈਕ ਤੀ, ਮਾਨ ਸਾਹਿਬ ਜਿੱਤਣਗੇ, ਡੋਂਟ ਵਰੀ ਹੋ ਜਾਓ, ਕੋਈ ਫਿਕਰ ਨਹੀਂ ਆਪਾਂ ਨੂੰ। ਮਾਨ ਸਾਹਿਬ ਸਤਿ ਸ੍ਰੀ ਅਕਾਲ। ਉਹ ਵਾਹਿਗੁਰੂ ਨਾਲ ਆ। ਇਸ ਵਾਰ ਪਹਿਲਾਂ ਨਾ ਵੀ ਜ਼ਿਆਦਾ ਜੋ ਰਿਕਾਰਡ ਪਹਿਲਾਂ ਮਾਨ ਸਾਹਿਬ ਦਾ ਸੀਗਾ, ਉਹ ਰਿਕਾਰਡ ਤੋੜ ਕੇ ਦੁਬਾਰਾ ਨਵਾਂ ਰਿਕਾਰਡ ਸਥਾਪਿਤ ਕਰਨ ਜਾ ਰਹੇ ਹਾਂ ਸਾਰਾ ਸੰਗਰੂਰ ਨਾਲ। ਧਰਤੀ ਤਾਂ ਦੂਜੀ ਵੀ ਗਈ, ਰਾਜਧਾਨੀ ਤਾਂ ਚੰਡੀਗੜ੍ਹ ਦੀ ਸਾਂਭੀ ਗਈ ਇਹਨਾਂ ਤੋਂ, ਸੰਗਰੂਰ ਵਾਲੀ ਵੀ ਗਈ, ਚੰਡੀਗੜ੍ਹ ਵੀ ਕਬਜ਼ਾ ਹੋ ਗਿਆ, ਪੰਜਾਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੀ। ਜਿਹੜੇ ਪੰਜਾਬ ਦੇ ਸੰਗਰੂਰ ਦੇ ਲੋਕ ਨੇ ਥੋੜ੍ਹੇ ਭੋਲੇ ਨੇ, ਇਹਨਾਂ ਦੀਆਂ ਗੱਲਾਂ 'ਚ ਆ ਗਏ ਸੀ। ਭਗਵੰਤ ਮਾਨ ਨੂੰ ਦੋ ਵਾਰੀ ਇੱਥੋਂ ਐਮ ਪੀ ਬਣਾਇਆ, ਐਮ ਪੀ ਬਣਨ ਤੋਂ ਬਾਅਦ ਉਹਨਾਂ ਨੇ ਕੀ ਕਾਰਜਕਾਲ ਕੋਈ ਕੰਮ ਕਾਰ ਕੋਈ ਕੁਛ ਤਾਂ ਕੀਤਾ? ਕੁਛ ਵੀ ਨਹੀਂ ਕਰਿਆ, ਸਿਰਫ ਜਿਹੜੇ ਪਾਰਲੀਮੈਂਟ 'ਚ ਚੁਟਕਲੇ ਸੁਣਾ ਦਿੰਦੇ ਸੀ ਅਸੀਂ ਉਹ 'ਤੇ ਖੁਸ਼ ਹੋ ਜਾਂਦੇ ਸੀ, ਹਾਂਜੀ ਸਾਡੀ ਆਵਾਜ਼ ਚੁੱਕ ਲਈ ਉਹਨਾਂ ਨੇ। ਕੋਈ ਜ਼ਮੀਨੀ ਪੱਧਰ ਤੇ ਮਾਨ ਸਾਹਿਬ ਨੇ ਜੋ ਚੰਡੀਗੜ੍ਹ ਰਾਜਧਾਨੀ ਸੀ ਨਾ, ਉਹ ਸਹੁਰਿਆਂ ਨੂੰ ਹਰਿਆਣੇ ਨੂੰ ਦਾਨ ਕਰਤੀ, ਉਹ ਤੋਹਫਾ ਦੇਤਾ ਵੀ ਉਹਨਾਂ ਨੇ ਇਹਨਾਂ ਨੂੰ ਰਿਸ਼ਤਾ ਕਰਤਾ, ਤੇ ਇਹਨਾਂ ਨੇ ਉਹਨਾਂ ਨੂੰ ਡੋਨੇਟ ਕਰਤੀ ਆ, ਪੰਜਾਬ ਦਾ ਹੱਕ ਉਧਰ ਚਲਿਆ ਗਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਤੀਜਾ ਦਿਨ ਹੈ ਜੀ ਮਾਨ ਸਾਹਿਬ ਦੀ ਰੈਲੀ ਦਾ। ਇਸ ਵਕਤ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਹਾਂ, ਅਤੇ ਅੱਜ ਸਾਡਾ ਏਰੀਆ ਰਹੂਗਾ ਧੂਰੀ ਵੱਲ ਤੋਂ ਜਾਂਦੇ ਹੋਏ, ਆਖਰ ਦੇ ਵਿੱਚ ਮਲੇਰਕੋਟਲੇ ਤੋਂ ਹੁੰਦੇ ਹੋਏ ਅਸੀਂ ਨਿਕਲਾਂਗੇ, ਅਤੇ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਨੇ, ਮਾਨ ਸਾਹਿਬ ਵੀ ਥੋੜ੍ਹੇ ਸਮੇਂ ਤੱਕ ਉਰੇ ਪਹੁੰਚ ਰਹੇ ਨੇ, ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਇਕੱਠ ਬੜਾ ਲੰਬਾ ਆ, ਗੱਡੀਆਂ 'ਤੇ ਗੱਡੀਆਂ ਚੜ੍ਹੀਆਂ ਪਏ ਨੇ, ਲੋਕ ਬੜੀ ਬੇਸਬਰੀ ਨਾਲ ਉਹਨਾਂ ਦਾ ਇੰਤਜ਼ਾਰ ਜਿਹੜਾ ਉਹ ਕਰ ਵੀ ਰਹੇ ਨੇ, ਆਪਾਂ ਗੱਲਬਾਤ ਵੀ ਕਰਦੇ ਹਾਂ ਵਕਰਾਂ ਵਰਕਰਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਜਗਤਾਰ ਸਿੰਘ ਖੇੜੀ ਜੀ। ਇਹ ਗੱਲ ਇੱਦਾਂ ਆ ਜਾਂਦੀ ਹੈ ਕਿ ਹੁਣ ਤਾਂ ਬਹੁਤ ਜ਼ੋਰ ਲੱਗਿਆ ਪਿਆ, ਆਵਾਜ਼ ਆਉਂਦੀ ਆ ਮਾਨ ਸਾਹਿਬ ਦੀ, ਆਵਾਜ਼ ਆਉਂਦੀ ਆ ਮੀਤ ਹੇਅਰ ਦੀ, ਕਹਿੰਦੇ ਮੁਕਾਬਲਾ ਦੋਨਾਂ ਦੇ ਵਿੱਚ ਹੀ ਹੈ, ਖਹਿਰਾ ਸਾਹਿਬ ਦੇ ਮੁਕਾਬਲਾ ਵੀ ਕਹਿੰਦੇ ਵਿੱਚ ਆਉਂਦੇ ਨੇ, ਪਰ ਉਸ ਗੱਲ ਤੱਕ ਨਹੀਂ ਪਹੁੰਚ ਪਾਉਂਦੇ ਜਿਸ ਗੱਲ ਤੱਕ ਪਹੁੰਚਣਾ ਚਾਹੀਦਾ। ਮੁਕਾਬਲਾ ਜੀ ਅਸਲ ਦੇ ਵਿੱਚ ਹੇਠਲਿਆਂ ਦਾ ਹੈਗਾ ਗਾ, ਪਰ ਨੰਬਰ 1 ਤੇ ਸਰਦਾਰ ਮਾਨ ਨੇਗੇ, ਮਾਨ ਸਾਹਿਬ ਦਾ ਕਿਸੇ ਨਾਲ ਮੁਕਾਬਲਾ ਨਹੀਂ, ਮਾਨ ਸਾਹਿਬ ਜਿੱਤ ਚੁੱਕੇ ਨੇ ਲੋਕਾਂ ਤੋਂ, ਪੁੱਛੋ ਸਾਰਿਆਂ ਤੋਂ ਵੀ ਲੋ ਕਿਤੇ ਪੈਣ। ਹਾਂਜੀ ਆ ਦੇਖੋ ਅੱਜ ਦਾ ਇਕੱਠ ਦੇਖੋ, ਹਰ ਵੀ ਪਿੰਡਾਂ ਦੇ ਵਿੱਚ ਦੇਖਦੇ ਹੋਗੇ ਕਿੰਨੀ ਲਹਿਰ ਚੱਲੀ ਆ ਨੌਜਵਾਨਾਂ ਦੇ ਵਿੱਚ, ਟੋਟਲੀ ਅੱਜ ਦੀ ਜਿਹੜੀ ਨੌਜਵਾਨੀ ਉਹ ਚਾਹੁੰਦੀ ਹੈ ਕਿ ਸਰਦਾਰ ਮਾਨ ਆ ਕੇ ਕੌਮ ਦੀ ਅਗਵਾਈ ਕਰ ਰਹੇ ਨੇ, ਉਹ ਸਭ ਤੋਂ ਵਧੀਆ ਨੇਗੇ, ਉਹਨਾਂ ਨੇ ਲੋਕਾਂ ਨੇ ਕਬੂਲ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰੀ ਲੋਕਾਂ ਦੀ ਅਗਵਾਈ ਕਰ ਸਕਦਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਹੋਰ ਲੋਕ ਵੀ ਖੜੇ ਨੇ, ਬਾਈ ਜੀ ਨਾਲ ਗੱਲ ਕਰ ਲੈਂਦੇ ਸਰ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਲੱਗ ਰਿਹਾ, ਕਿੰਨਾ ਕੁ
ਸਮਰਥਨ ਮਿਲਦਾ ਦੀਂਦਾ ਕਿੰਨਾ ਕੁ ਲੱਗਦਾ ਕਿ ਲੋਕ ਆਪਣੇ ਹੱਥਾਂ ਪੈਰਾਂ 'ਤੇ ਲਈ ਫਿਰਦੇ ਨੇ ਮਾਨ ਸਾਹਿਬ? ਤੁਸੀਂ ਇਹ ਦੇਖ ਲਓ ਜੀ, ਆਹ ਜਿਹੜਾ ਕਾਫਲਾ ਆਪ ਮੁਹਾਰਾ ਹੋਇਆ ਹੋਇਆ, ਕਿਸੇ ਨੂੰ ਤੇਲ ਨਹੀਂ, ਕਿਸੇ ਨੂੰ ਕੋਈ ਕਿਰਾਇਆ ਨਹੀਂ, ਆਪ ਮੁਹਾਰੇ ਲੋਕ ਆਏ ਨੇ। ਉਹ ਕਹਿੰਦੇ ਵੀ ਮਾਨ ਸਾਹਿਬ ਨੂੰ ਅਸੀਂ ਜਿੱਤਣਾ ਚਾਹੁੰਦੇ ਹਾਂ, ਵੀ ਜਿੱਤ ਕੇ ਪਾਰਲੀਮੈਂਟ 'ਚ ਜਾਵੇ, ਅਤੇ ਸਾਡੇ ਜਿਹੜੇ ਹੌਂਸਲੇ ਨੇ ਬੁਲੰਦ ਨੇ ਇਸ ਵਾਰ। ਕੀ ਲੱਗਦਾ ਕਿਵੇਂ, ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਆਪਾਂ ਬੀਜੇਪੀ ਵੀ ਵੇਖ ਰਹੇ ਹਾਂ ਸੈਂਟਰ ਦੇ ਵਿੱਚ, ਕਿਸਾਨਾਂ ਦੇ ਉੱਤੇ ਬੜਾ ਜਿਹੜਾ ਜ਼ੁਲਮ ਢਾਇਆ ਗਿਆ ਆ, ਕਿੱਦਾਂ ਦੇ ਕਾਨੂੰਨ ਲੈ ਕੇ ਆਉਂਦੇ ਨੇ? ਆਮ ਆਦਮੀ ਪਾਰਟੀ ਵਾਲੇ ਗੱਲ ਕਰਦੇ ਸੀ ਪਹਿਲਾਂ ਕਿ 5 ਮਿੰਟ ਦੇ ਵਿੱਚ MSP ਦੇ ਦਾਂਗੇ, ਕਿ ਸਾਨੂੰ ਇੱਦਾਂ ਕਰ ਦਾਂਗੇ, ਅਸੀਂ ਉੱਦਾਂ ਕਰ ਦਾਂਗੇ। ਕੀ ਲੱਗਦਾ ਕਿੰਨਾ? ਦੇਖੋ ਜੀ, ਮਾਨ ਸਾਹਿਬ ਦੀ ਬਦੌਲਤ ਹੈ ਵੀ 40 ਸਾਲ ਤੋਂ ਲੱਗੇ ਹੋਏ ਨੇ, 40 ਸਾਲ ਦੀ ਮਿਹਨਤ ਉਹਨਾਂ ਦੀ ਰਿਜ਼ਲਟ ਲੈ ਕੇ ਆਊ। 1999 ਤੋਂ ਬਾਅਦ ਪਹਿਲੀ ਵਾਰ ਆ ਵੀ ਇਹ ਬਹੀਰ ਪੂਰੀ ਚੱਲੀ ਹੋਈ ਹੈ। ਖਾਲਸਾ 1999 ਤੋਂ ਬਾਅਦ ਇਸ ਵਾਰ ਫਿਰ ਆਪਦੇ ਘਰ ਨੂੰ ਵਾਪਸ ਮੁੜਿਆ। ਲੋਕ ਕਿੰਨੇ ਕੁ ਜੁੜ ਰਹੇ ਨੇ? ਤੁਸੀਂ ਨੌਜਵਾਨ ਹੋ, ਆਪਾਂ ਵੇਖਦੇ ਹਾਂ ਲੋਕ ਬਹੁਤ ਜ਼ਿਆਦਾ ਜੁੜ ਰਹੇ ਨੇ। ਲੋਕ ਆਪ ਮੁਹਾਰੇ ਐਤਕੀ ਪਿੰਡਾਂ ਦੇ ਵਿੱਚ ਇਹ ਕਹਿ ਰਹੇ ਨੇ ਕਿ ਅਸੀਂ ਐਤਕੀ ਤੁਹਾਡੇ ਨਾਲ ਚੱਲਾਂਗੇ। ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕਿਆ ਐਤਕੀ ਮਾਨ ਸਾਹਿਬ ਨੂੰ ਯੂਥ ਪੂਰਾ ਵੱਧ ਚੜ ਕੇ ਹਿੱਸਾ ਬਣ ਰਿਹਾ। ਜਿਵੇਂ ਕਿ ਯੂਥ ਦੀ ਗੱਲ ਆ ਜਾਂਦੀ ਹੈ, ਯੂਥ ਬੜੀਆਂ ਉਮੀਦਾਂ ਰੱਖਦਾ, ਆਪਣੇ ਫਿਊਚਰ ਨੂੰ ਲੈ ਕੇ ਵੀ ਬੜਾ ਸੋਚਦਾ ਰਹਿੰਦਾ। ਨੌਕਰੀਆਂ ਦੇ ਪੋਸਟਰ ਲੱਗੇ ਵੇਖੇ ਨੇ ਮੈਂ, ਕਹਿੰਦੇ 40,000+ ਨੌਕਰੀਆਂ ਦੇਤੀ ਆਮ ਆਦਮੀ ਪਾਰਟੀ ਕਹਿੰਦੀ ਹੈ। ਉਹ ਗੱਲ ਜੇ ਆਪਾਂ ਸਵਾਲ ਚੱਕਦੇ ਹਾਂ ਤਾਂ ਕਾਂਗਰਸ ਕਹਿੰਦੀ ਹੈ ਕਿ ਅਸੀਂ ਤਾਂ ਪਹਿਲਾਂ ਹੀ ਦਿੱਤੇ ਹੋਏ ਸੀਗੇ, ਇਹਨਾਂ ਨੇ ਸਿਰਫ ਨਿਯੁਕਤੀ ਪੱਤਰ ਕੋਈ ਨਹੀਂ, ਇਹਨਾਂ ਨੇ ਨਿਯੁਕਤੀ ਪੱਤਰ ਹੀ ਦਿੱਤੇ ਨੇ। ਬਿਲਕੁਲ ਸਹੀ ਆ, ਜਿਹੜਾ ਵੀ ਅੱਜ ਵੀ ਮਾਸਟਰ ਨੇ, ਚਾਹੇ DAP ਨੇ ਜਾਂ ਦੂਜੇ ਵੀ ਨੇ, ਸਾਰੇ ਕੋਈ ਇਹਨਾਂ ਦੇ ਬਸ ਝੂਠੇ ਲਾ ਰਹੇ ਨੇ। ਕਿਸੇ ਨੂੰ ਕੋਈ ਨੌਕਰੀਆਂ ਨਹੀਂ ਮਿਲ ਰਹੀਆਂ, ਚਾਹੇ ਉਹ ਆਪਣੀਆਂ ਸਿਸਟਰਾਂ ਲਾ ਲਓ, ਚਾਹੇ ਬੋਆਏ ਲਾ ਲਓ, ਮਤਲਬ ਕਿ ਅੱਜ ਵੀ ਟੈਂਕੀਆਂ ਉੱਤੇ ਚੜ੍ਹ ਕੇ ਆਪਣੀ ਮੰਗ ਨੂੰ ਰੱਖ ਰਹੇ ਨੇ, ਉਹਨਾਂ ਨੂੰ ਕੋਈ ਨੌਕਰੀਆਂ ਨਹੀਂ ਮਿਲ ਰਹੀਆਂ। ਇਹ ਸਭ ਕੋਈ ਨੌਕਰੀ ਮਿਲ ਰਹੀ ਹੈ ਨਾ? ਅੱਜ 29/5 ਇੱਕ ਕਹਿੰਦੇ ਐਸਾ ਦਿਨ ਚੜ੍ਹਿਆ ਸੀ ਜਿੱਥੇ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਗੀ, ਅੱਜ ਉਹ ਦਿਨ ਵੀ ਹੈ ਨਾਲ ਨਾਲ। ਅੱਜ ਉਹ ਦਿਨ ਵੀ ਹੈਗਾ, ਪਰ ਅੱਜ ਵੀ ਫਿਰ ਵੀ ਮੰਨ ਲਓ ਕਿ ਆਪਾਂ ਕਹਿ ਦਈਏ ਇੱਕ ਬਜ਼ੁਰਗ ਵਾਲਾ ਦਿਨ ਵੀ ਹੈ, ਉਹ ਵੀ ਇੱਕ ਮੰਨ ਲੈ ਕਿ ਚੜ੍ਹਦੀ ਕਲਾ ਦਾ ਸਿੰਘ ਸੀਗਾ, ਜਿਹੜਾ ਕਿ ਆਪਣੇ ਪੰਜਾਬ ਨੂੰ ਵੀ ਵਧੀਆ ਕਿ ਯੂਥ ਨਾਲ ਜੁੜਿਆ ਹੋਇਆ ਸੀ, ਪਰ ਉਹ ਵੀ ਹੁਣ ਸਰਕਾਰਾਂ ਦੀ ਬਦੌਲਤ ਉਹ ਨਹੀਂ ਰਿਹਾ। ਪਰ ਅੱਜ ਵੀ ਉਹਨੂੰ ਜਿੰਨਾ ਵੀ ਯੂਥ ਆ ਸਾਰੇ ਵੀ ਨੌਜਵਾਨ ਬਹੁਤ ਮਿਸ ਕਰਦੇ। ਇਨਸਾਫ ਦੀ ਮੰਗ ਹੁੰਦੀ ਆ ਹਰ ਵਾਰ, ਉਹਨਾਂ ਦੇ ਪਰਿਵਾਰ ਵੱਲੋਂ ਵੀ ਇਨਸਾਫ ਦੀ ਮੰਗ ਹੁੰਦੀ ਹੈ। ਕੀ ਲੱਗਦਾ ਕਿ ਇਨਸਾਫ ਕਿੱਥੇ ਖੜਾ ਹੈ, ਕਿੱਥੇ ਕਿਹੜੀ ਚੀਜ਼ ਨੇ ਰੋਕ ਸਕਿਆ, ਕਿਹੜੀ ਚੀਜ਼ ਤੋਂ ਰਹਿ ਜਾਂਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇਨਸਾਫ ਦੀ ਮੰਗ ਰਹਿੰਦੀ ਆ ਸਿੱਧੂ ਮੂਸੇਵਾਲੇ ਪਰਿਵਾਰ ਵੱਲੋਂ। ਬਲਕੌਰ ਸਿੰਘ ਜੀ ਹਮੇਸ਼ਾ ਕਹਿੰਦੇ ਨੇ ਕਿ ਇਨਸਾਫ ਨਹੀਂ ਮਿਲ ਪਾ ਰਿਹਾ। ਇਨਸਾਫ ਤਾਂ ਇਹ ਹੈ ਜੀ, ਅਸੀਂ ਗੁਲਾਮ ਕੌਮਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਇਹ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ, ਆਜ਼ਾਦੀ ਨਹੀਂ ਲੈਂਦੇ, ਉਹਨਾਂ ਚਿਰ ਇਨਸਾਫ ਦੀ ਕੋਈ ਆਸ ਨਹੀਂ ਹੈਗੀ ਇਹਨਾਂ ਸਰਕਾਰਾਂ 'ਤੇ। ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਕਾਨੂੰਨ ਨੂੰ ਆਪਦੇ ਮੁਤਾਬਕ ਵਰਤ ਰਹੀਆਂ ਨੇ, ਇਸ ਕਰਕੇ ਸਾਨੂੰ ਇਨਸਾਫ ਤਾਂ ਦਿੱਲੀ ਕਤਲੇਆਮ ਦਾ ਨਹੀਂ ਮਿਲਿਆ। 40 ਸਾਲ ਹੋ ਗਏ ਗਲਾਂ 'ਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ ਗਾ, ਹੈ ਜੀ, ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਗਾ, ਇੱਥੇ ਨੌਜਵਾਨੀ ਦਾ ਕਤਲੋਗਾਰਤ ਕੀਤਾ ਗਿਆ, ਕਾਹਦਾ ਇਨਸਾਫ ਮਿਲਿਆ ਹੁਣ ਤੱਕ? ਮਿਲੇ ਨਹੀਂ ਜੀ, ਨਾ ਨਾ ਬਿਲਕੁਲ ਉਮੀਦ ਹੈ, ਕੋਈ ਉਮੀਦ ਨਹੀਂ ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦ ਹੋ ਕੇ ਸਭ ਕੁਛ ਮਿਲੂਗਾ ਜੀ। ਆਜ਼ਾਦ ਕੌਮ, ਆਜ਼ਾਦ ਦਾ ਡੈਫੀਨੇਸ਼ਨ ਜੀ ਆਪਾਂ ਸੋਚਦੇ ਹਾਂ ਕੀ ਹੋਣੀ? ਆਜ਼ਾਦ ਦਾ ਇਹ ਹੈ ਜੀ, ਕਾਨੂੰਨ ਦਾ ਰਾਜ ਹੁੰਦਾ, ਜਿਹੜੀ ਆਜ਼ਾਦੀ ਹੈ ਕਾਨੂੰਨ ਦਾ ਰਾਜ ਹੋਣਾ ਚਾਹੀਦਾ। ਹਾਂ, ਕਾਨੂੰਨ ਉਹਦੇ 'ਚ ਹਿੰਦੂ ਸਿੱਖ ਮੁਸਲਮਾਨ ਹਰ ਇੱਕ ਧਰਮ ਦਾ ਸਤਿਕਾਰ ਹੋਣਾ ਚਾਹੀਦਾ। ਸਿਰੇ ਪੰਜਾਬ ਦਾ ਅੱਜ ਦੁਨੀਆ ਦੇ ਉੱਤੇ ਇੱਕ ਮਿਸਾਲ ਹੈ ਉਹਨਾਂ ਦੇ ਰਾਜ ਦੀ। ਬਾਹਰ ਵਗ ਜਾਓ ਵਿਦੇਸ਼ਾਂ ਦੇ ਵਿੱਚ, ਕੈਨੇਡਾ ਦੇ ਵਿੱਚ ਮੈਂ ਜਾ ਕੇ ਆਇਆ, ਉੱਥੇ ਕੀ ਹੈ, ਉੱਥੇ ਅੰਗਰੇਜ਼ ਦੀ ਖਾਤਰ ਵੀ ਉਹੀ ਕਾਨੂੰਨ ਹੈ, ਸਿੱਖ ਖਾਤਰ, ਹਿੰਦੂ ਖਾਤਰ, ਮੁਸਲਮਾਨ ਖਾਤਰ, ਉੱਥੇ ਕਾਨੂੰਨ ਦਾ ਰਾਜ ਹੈ। ਬਿਲਕੁਲ ਜੀ, ਇਹੀ ਰਾਜ ਆਪਾਂ ਪੰਜਾਬ ਆ ਉਹੀ ਚਾਹੁੰਦੇ ਹਾਂ ਅਸੀਂ, ਜਿਹੜਾ ਖਾਲਸ ਪਿਓਰ, ਜਿਹੜਾ ਅਸੀਂ ਰਾਜ ਚਾਹੁੰਦੇ ਹਾਂ ਪਿਓਰਟੀ, ਸ਼ੁੱਧ, ਜਿਹਦੇ ਵਿੱਚ ਇੱਥੋਂ ਦਾ ਹਿੰਦੂ ਵੀ ਸੁਰੱਖਿਅਤ ਹੋਵੇ, ਸਿੱਖ ਵੀ ਸੁਰੱਖਿਅਤ ਹੋਵੇ, ਮੁਸਲਮਾਨ ਵੀ,
ਹਰ ਇੱਕ ਨੂੰ ਇਨਸਾਫ ਮਿਲਣਾ ਚਾਹੀਦਾ। ਹਾਂਜੀ ਬਿਲਕੁਲ, ਕਹਿ ਦਿੰਦੇ ਨੇ ਕਿ ਕਿਸੇ ਨਾਲ ਨਾ ਇਨਸਾਫੀ ਨਾ ਹੋਵੇ, ਕੋਈ ਇੰਦਾ ਨਾ ਹੋਵੇ। ਯੂਥ ਵੀ ਸਾਡੇ ਨਾਲ ਭਾਈ, ਅੱਗੇ ਨੂੰ ਆ ਜਾਓ, ਆਪਾਂ ਨਾ ਰੋਡ 'ਤੇ ਹੋ ਰਹੇ ਹਾਂ, ਇੱਧਰ ਨੂੰ ਹੋ ਜਾ ਰੋਡ, ਗੱਡੀਆਂ ਆ ਰਹੀਆਂ ਨੇ ਤੇਜ਼ ਬਹੁਤ। ਬਾਈ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ, ਆਜੋ ਆਜੋ ਆਜੋ, ਆਪਾਂ ਤੁਹਾਡੇ ਨਾਲ ਗੱਲ ਕਰਦੇ। ਕੀ ਨਾਮ ਆ ਤੁਹਾਡਾ? ਕਰਨਵੀਰ ਸਿੰਘ ਜੀ। ਕਿਹੜੀ ਜਗ੍ਹਾ ਤੋਂ? ਸ਼ੇਰਪੁਰ ਥਾਣਾ ਜੀ। ਕੀ ਲੱਗਦਾ ਉਰੇ ਪਹੁੰਚ ਕਰਦੇ ਹੋ? ਬੜੀ ਧੁੱਪ ਆ, ਯੂਥ ਸੋਚ ਲੈਂਦਾ ਕਿ ਯਾਰ ਕਿੱਥੇ ਜਾਵਾਂਗੇ ਰੈਲੀ ਦੇ ਵਿੱਚ, ਬੜੀ ਧੁੱਪ ਆ, ਚੁੱਪ ਕਰਕੇ ਪੱਖੇ ਥੱਲੇ ਬਹਿੰਦੇ ਹਾਂ, ਜਾਂ ਕੋਈ ਕੰਮ ਕਾਰ ਜਾਂਦੇ ਹਾਂ, ਜਾਂ ਆਪਾਂ ਸੋਚ ਰਹੇ ਹਾਂ ਏਸੀ ਲਾ, ਏਸੀ 'ਚ ਬਹਿੰਦੇ। ਜਿਵੇਂ ਹੀ ਦੇਖੋ ਆਪਣੇ ਬਾਪੂ ਮਾਨ ਸਿੰਘ ਜੀ ਨੇ, ਇਹਨਾਂ ਨੂੰ ਵੀ ਬਹੁਤ ਟਾਈਮ ਪਹਿਲਾਂ ਪੁਲਿਸ ਆਫਿਸਰ ਸੀਗੇ, ਬੈਠ ਤਾਂ ਵੀ ਸਕਦੇ ਸੀਗੇ, ਪਰ ਇਹਨਾਂ ਨੇ ਕੌਮ ਦੇ ਪ੍ਰਤੀ ਇਹਨਾਂ ਦਾ ਹਮਦਰਦ ਸੀਗਾ। ਇਹ ਆਏ ਤਾਂ ਸਾਡੇ ਵਰਗੇ ਦਾ ਨੌਜਵਾਨ ਨੇਗੇ, ਇਹ ਤਾਂ ਓਬਵੀਅਸ ਆ ਵੀ ਅਸੀਂ ਮੂਹਰੇ ਆ ਸਕਦੇ। 80 ਸਾਲ ਦੇ ਹੋ ਕੇ ਵੀ ਦੇਖ ਲਓ ਤੁਸੀਂ ਧੁੱਪਾਂ ਦੇ ਵਿੱਚ, ਅੱਜ ਤੀਜਾ ਦਿਨ ਆ ਮੈਨੂੰ, ਤੀਜਾ ਦਿਨ ਹੋ ਗਏ ਇਹਨਾਂ ਨਾਲ, ਅਤੇ ਰੋਜ਼ ਸਵੇਰੇ ਨਿਕਲਦੇ ਨੇ, ਕੋਈ ਧੁੱਪ ਕੋਈ ਛਾਂ ਕੋਈ ਠੰਡੀ ਲੋ ਵਗਦੀ ਹੈ ਕੋਈ ਗਰਮ ਲੋ ਵਗਦੀ ਹੈ, ਕੋਈ ਪਰਵਾਹ ਨਹੀਂ? ਨਹੀਂ ਨਹੀਂ ਕੋਈ ਪਰਵਾਹ ਨਹੀਂ ਕਰਦੇ। ਦੇਖੋ ਸਾਡਾ ਪਿੰਡੋਂ ਅਸੀਂ ਅੰਕਲ ਨਾਲ ਆਇਆਂਗੇ, ਅਸੀਂ ਸਾਰੇ ਪਿੰਡੋਂ ਤੁਰ ਕੇ ਇਕੱਠੇ ਕਾਫਲਾ ਲੈ ਕੇ ਆਇਆਂਗੇ, ਤੁਹਾਡੇ ਨਾਲ ਦੇ ਬੰਦੇ ਹੋਰ ਪਿੱਛੇ ਆ ਰਹੇ ਨੇ, ਤੁਹਾਡਾ ਕਾਫਲਾ ਬਹੁਤ ਲੰਬਾ ਬਣਨਾ ਹੈ, ਤਾਂ ਝਾੜੂ ਹੋ ਗਏ ਸਭ ਦੇਖੀ ਚੱਲੋ, ਖੂੰਜੇ ਲਾ ਦੇਣੇ ਕਿ ਮਾਨ ਸਾਹਿਬ ਜਿੱਤਣਗੇ, ਡੋਂਟ ਵਰੀ ਹੋ ਜਾਓ, ਕੋਈ ਫਿਕਰ ਨਹੀਂ ਆਪਾਂ ਨੂੰ। ਮਾਨ ਸਾਹਿਬ ਸਤਿ ਸ੍ਰੀ ਅਕਾਲ। ਬਿਲਕੁਲ ਬਾਈ, ਗੱਲ ਆ ਜਾਂਦੀ ਹੈ ਹੁਣ, ਬਾਈ ਨੇ ਇੱਕ ਗੱਲ ਕਹੀ ਕਿ ਬਾਈ ਅਸੀਂ ਅੰਕਲ ਜੀ ਨਾਲ ਆਏ ਹਾਂ, ਆਪ ਆਏ ਹਾਂ ਚੱਲ ਕੇ। ਕਈ ਵਾਰ ਰੈਲੀਆਂ ਦੇ ਵਿੱਚ ਐਂ ਗੱਲ ਵੀ ਆ ਜਾਂਦੀ ਹੈ ਕਿ ਬਾਈ ਘਰੋਂ ਲੈ ਕੇ ਗਏ ਸੀ ਕਿ ਚੱਲ ਤੈਨੂੰ ਰੈਲੀ ਦੇ ਲੈ ਕੇ। ਘਰੋਂ ਨਹੀਂ ਵੀਰੇ, ਸਾਡੇ ਪਿੰਡੋਂ ਅਸੀਂ 15 ਜਾਣੇ ਆਏ ਹਾਂ, ਕਿਸੇ ਨੂੰ ਘਰੋਂ ਨਹੀਂ, ਸਾਰਿਆਂ ਨੇ ਫੋਨ ਕਰਕੇ ਕਿਹਾ ਵੀ ਅੱਜ ਮਾਨ ਸਾਹਿਬ ਦੀ ਰੈਲੀ ਹੈ, ਤੁਹਾਨੂੰ ਪਤਾ ਲਗਾਤਾਰ 4 ਦਿਨ ਹੋ ਗਏ ਰੋਡ ਸ਼ੋਅ ਚੱਲਦਿਆਂ ਨੂੰ। ਮਾਨ ਸਾਹਿਬ ਦੀ ਜਿਹੜੀ ਜਿੱਤ ਹੈਗੀ ਇੱਕ ਤਰਫ ਆ ਗਈ, 1-1.5 ਲੱਖ ਵੋਟ 'ਤੇ ਮਾਨ ਸਾਹਿਬ ਜਿੱਤ ਰਹੇ ਨੇ ਵੀਰੇ। ਹਾਂਜੀ ਗੱਲ ਪੱਕੀ ਆ। ਬਿਲਕੁਲ ਵੀਰੇ, ਬਿਲਕੁਲ, ਆਪਾਂ ਅੱਗੇ ਵੀ ਤੁਹਾਨੂੰ ਦਿਖਾਵਾਂਗੇ। ਇਹ ਕਾਫਲੇ ਦੇ ਵਿੱਚ ਇੱਕ ਹੋਰ ਖਾਸੀਅਤ ਹੈ, ਪਾਰਟੀ ਦਾ 1 ਰੁਪਈਆ ਨਹੀਂ ਲੱਗ ਰਿਹਾ, ਜਿਹੜਾ ਤੇਲ ਹੈ ਹਰ ਇੱਕ ਆਪਦੇ ਪੱਲਿਓਂ ਪਾ ਰਹੇ, ਆਪਦੇ ਬਿਲਕੁਲ ਵੀਰੇ, ਬਿਲਕੁਲ ਆਪਦੇ ਬਹਾਨੇ, ਆਪਦੇ ਪੱਲਿਓਂ ਬਿਨਾਂ ਸੱਦੇ ਤੋਂ ਆ ਰਹੇ ਨੇ, ਮੋਰੇ ਆ ਰਹੇ, ਸਾਨੂੰ ਘਰੇ ਕੰਮ ਕਰ ਛੱਡ ਕੇ ਆਇਆਂਗੇ, ਸਾਰਾ ਖਰਚਾ ਆਪ ਕਰਦੇ ਹਾਂ ਅਸੀਂ, ਕੋਈ ਸਰਕਾਰ ਤੋਂ ਪਿਆਰ ਇਹਨਾਂ ਝਾੜੂ ਦਾ ਦੇਖ ਲਿਆ, ਝਾੜੂ ਆ ਜਿਹੜਾ ਉਹ ਪਹਿਲੀਆਂ ਸਰਕਾਰਾਂ ਦੇ ਪਾਸ ਇਹਨਾਂ ਦੇ ਉੱਤੇ ਤੁਰਿਆ ਹੋਇਆ, ਅੱਜ ਉਹ ਵੀ ਦਿੱਲੀ ਹਕੂਮਤ ਦੇ ਥੱਲੇ ਲੱਗਿਆ ਹੋਇਆ, ਜਿਵੇਂ ਹਕੂਮਤ ਫੈਸਲਾ ਕਰਦੀ ਹੈ ਉਹਨੂੰ ਇਹ ਸਰਕਾਰ ਲਾਗੂ ਕਰਦੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਾਈ, ਇੱਕ ਚੀਜ਼ ਦੇਖ ਲੈਂਦੇ ਹੁੰਦੇ ਹਾਂ ਕਿ ਜਿਵੇਂ ਕਹਿੰਦੇ ਕਿ ਦਿੱਲੀ ਹਕੂਮਤ ਦੇ ਥੱਲੇ ਰਹਿ ਕੇ ਫੈਸਲੇ ਹੋਏ ਜਾ ਰਹੇ ਨੇ, ਕੋਈ ਆਪ ਪੰਜਾਬ ਦੇ ਬਾਰੇ ਨਹੀਂ ਸੋਚਦਾ ਆ, ਮਾਨ ਸਾਹਿਬ ਕਿਵੇਂ ਲੱਗਦਾ ਹੈ ਕਿੰਨਾ ਕੁ? ਬਾਈ ਮਾਨ ਸਾਹਿਬ ਤੁਹਾਨੂੰ ਪਤਾ ਹੀ ਹੈ ਜੀ, ਹਰ ਗੱਲ ਜੋ ਵੀ ਆ ਸੈਂਟਰ ਦੇ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਨੇ, ਸਭ ਤੋਂ ਜ਼ਿਆਦਾ 85% ਮਾਨ ਸਾਹਿਬ ਦੀ ਉੱਥੇ ਹਾਜ਼ਰੀ ਆ, ਕਿੱਡੇ ਕਿੱਡੇ ਪ੍ਰੋਜੈਕਟ ਲੈ ਆਏ, PGI ਜੋ ਸੰਗਰੂਰ ਚਾਲੂ ਹੋਇਆ ਵੀ ਮਾਨ ਸਾਹਿਬ ਦੀ ਦੇਣਾ, ਜਦੋਂ ਲਾਸਟ ਸਮੇਂ ਦੇ ਵਿੱਚ MP ਸੀਗੇ, ਹੋਰ ਕਾਫੀ ਇਹੋ ਜਿਹੇ ਪ੍ਰੋਜੈਕਟ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਫਾਈਲਾਂ ਤਿਆਰ ਹੋ ਚੁੱਕੀਆਂ ਨੇ, ਕਾਰਜਕਾਲ ਦਾ ਸਮਾਂ ਥੋੜ੍ਹਾ ਸੀਗਾ ਉਹ ਵੀ ਕੰਪਲੀਟ ਹੋ ਜਾਣਗੀਆਂ, 200 ਤੋਂ ਉੱਪਰ ਸੜਕਾਂ ਨੇਗੀਆਂ ਜਿਹੜੀਆਂ ਪਾਸ ਹੋ ਗਈਆਂ, ਟੈਂਡਰ ਲੱਗ ਗਏ, ਸਟੇਟ ਗੌਰਮੈਂਟ ਜਿਨ੍ਹਾਂ ਦਾ ਕੰਮ ਨਹੀਂ ਚਾਲੂ ਹੋਣ ਦੇ ਰਹੀ, ਕਾਫੀ ਪੱਖਪਾਤ ਤਾਂ ਚੱਲ ਰਿਹਾ, ਕੋਈ ਚੱਕਰ ਨਹੀਂ, ਮਾਨ ਸਾਹਿਬ ਵਨ ਮੈਨ ਆਰਮੀ ਆ, ਆਹ ਸਾਰੀ ਉਹਨਾਂ ਦੀ ਫੌਜ ਆ, ਸਾਰੀ ਫੌਜ ਖੜੀ ਆ ਬਾਈ ਜੀ, ਸਾਰੇ ਉਹਨਾਂ ਦੇ ਨਾਲ ਨੇ, ਆਪਣੇ ਪੱਲਿਓਂ ਪੈਸੇ ਖਰਚ ਕੇ ਸਭ ਕੁਝ ਕਰ ਰਹੇ ਨੇ, ਬਿਲਕੁਲ ਤੁਸੀਂ ਵੇਖ ਵੀ ਸਕਦੇ ਹੋ ਕਿ ਬੜੀ ਦੂਰੋਂ ਦੂਰ ਲੋਕ ਪਹੁੰਚ ਵੀ ਰਹੇ ਨੇ। ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗਾ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸੰਗਰੂਰ ਸਾਡੀ ਰਾਜਧਾਨੀ ਹੈ, ਬਾਈ ਜੀ ਰਾਜਧਾਨੀ 'ਚ ਫਿਰ ਪਹਿਲਾਂ ਕੁੱਟੇ ਨੇ ਨਾ ਮਾਨ ਸਾਹਿਬ ਨੇ 1.5 ਸਾਲ ਪਹਿਲਾਂ, ਸਾਰੀ ਜਿੰਨੀ ਫੌਜ ਤਿਆਰ, ਇਸ ਵਾਰ ਚਲੋ ਕਹਿਣਾ ਨਹੀਂ ਚਾਹੀਦਾ ਉਹ ਵਾਹਿਗੁਰੂ ਨਾਲ ਆ, ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ, ਜੋ ਰਿਕਾਰਡ ਪਹਿਲਾਂ ਮਾਨ ਸਾਹਿਬ ਦਾ ਸੀਗਾ ਉਹ ਰਿਕਾਰਡ ਤੋੜ ਕੇ ਦੁਬਾਰਾ ਨਵਾਂ ਰਿਕਾਰਡ ਸਥਾਪਿਤ ਕਰਨ ਜਾ ਰਹੇ ਹਾਂ, ਸਾਰਾ ਸੰਗਰੂਰ ਨਾਲ।
ਰਾਜਧਾਨੀ ਤਾਂ ਦੂਜੀ ਵੀ ਗਈ, ਰਾਜਧਾਨੀ ਤਾਂ ਚੰਡੀਗੜ੍ਹ ਨਹੀਂ ਸਾਂਭੀ ਗਈ ਇਹਨਾਂ ਤੋਂ, ਸੰਗਰੂਰ ਵਾਲੀ ਵੀ ਗਈ, ਚੰਡੀਗੜ੍ਹ ਵੀ ਕਬਜ਼ਾ ਹੋ ਗਿਆ। ਪੰਜਾਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੀ, ਜਿਹੜੇ ਪੰਜਾਬ ਦੇ ਸੰਗਰੂਰ ਦੇ ਲੋਕ ਨੇ ਥੋੜ੍ਹੇ ਭੋਲੇ ਨੇ, ਇਹਨਾਂ ਦੀਆਂ ਗੱਲਾਂ 'ਚ ਆ ਗਏ ਸੀ। ਭਗਵੰਤ ਮਾਨ ਨੂੰ ਦੋ ਵਾਰੀ ਇੱਥੋਂ ਐਮ ਪੀ ਬਣਾਇਆ, ਐਮ ਪੀ ਬਣਨ ਤੋਂ ਬਾਅਦ ਉਹਨਾਂ ਨੇ ਕੀ ਕਾਰਜਕਾਲ ਕੋਈ ਕੰਮ ਕਾਰ ਕੋਈ ਕੁਛ ਤਾਂ ਕੀਤਾ? ਕੁਛ ਵੀ ਨਹੀਂ ਕਰਿਆ, ਸਿਰਫ ਜਿਹੜੇ ਪਾਰਲੀਮੈਂਟ 'ਚ ਚੁਟਕਲੇ ਸੁਣਾ ਦਿੰਦੇ ਸੀ ਉਹ ਤਾਂ ਖੁਸ਼ ਹੋ ਜਾਂਦੇ ਸੀ, ਹਾਂਜੀ ਸਾਡੀ ਆਵਾਜ਼ ਚੁੱਕ ਲਈ ਉਹਨਾਂ ਨੇ। ਬਾਜੀ ਕੋਈ ਜ਼ਮੀਨੀ ਪੱਧਰ ਤੇ ਮਾਨ ਸਾਹਿਬ ਨੇ ਜੋ ਚੰਡੀਗੜ੍ਹ ਰਾਜਧਾਨੀ ਸੀ ਨਾ ਉਹ ਸਹੁਰਿਆਂ ਨੂੰ ਹਰਿਆਣੇ ਨੂੰ ਦਾਨ ਕਰਤੀ, ਉਹ ਤੋਹਫਾ ਦੇਤਾ ਵੀ ਉਹਨਾਂ ਨੇ ਇਹਨਾਂ ਨੂੰ ਰਿਸ਼ਤਾ ਕਰਤਾ ਅਤੇ ਉਹ ਇਹਨਾਂ ਨੇ ਉਹਨਾਂ ਨੂੰ ਡੋਨੇਟ ਕਰਤੀ ਆ, ਪੰਜਾਬ ਦਾ ਹੱਕ ਉੱਧਰ ਚਲਿਆ ਗਿਆ। ਤੇਰੀ ਸੋਚ ਤੇ